ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੋਰਤ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦ ਹਾਂ ਸਾਰੇ ਠੀਕ ਠਾਕ ਹੋਵੋ ਬਹੁਤ ਵਧੀਆ ਹੋਵੋਗੇ ਮੈਂ ਅੱਗੇ ਘਰੇ ਵਾਪਸ ਆ ਜਾਂਦੀ ਆ ਸੀ ਘਰੇ ਵਾਪਸ ਆ ਗਈ ਤੇ ਸ਼ੁਰੂ ਕਰਦੇ ਹੁਣ ਨਵਾਂ ਵਲੌਗ ਠੀਕ ਹੈ ਜੀ ਘਰ ਵਾਪਸ ਆਉਂਦੇ ਹੀ ਮੈਂ ਸ਼ੁਰੂ ਹੋ ਗਈ ਆਪਣੇ ਰੁਟੀਨ ਵਾਲੇ ਕੰਮ ਤੇ ਜਿਵੇਂ ਮੇਰਾ ਰੁਟੀਨ ਹੁੰਦਾ ਕਰੀ ਹਣਾ ਇਹ ਦੁੱਧ ਦੀ ਮਲਾਈ ਤਾਰਨੀ ਸੀ ਸ਼ਾਮ ਨੂੰ ਫਿਰ ਤਾਂ ਦੁੱਧ ਆ ਜਾਂਦਾ ਉਹ ਪਤੀ ਦੇ ਚ ਪਾ ਦੇਣ ਨੂੰ ਉਹ ਕਿ ਫਿਰ ਬੈਠਣ ਨੂੰ ਦਿਲ ਨਹੀਂ ਕਰਦਾ ਹੁੰਦਾ ਜਦੋਂ ਵਾਪਸ ਆਉਣਾ ਵੀ ਘਰੇ ਕੰਮਾਂ 'ਚ ਇਕੱਠੇ ਹੋਏ ਪੈ ਨੇ ਫਟਾਫਟ ਵੀ ਕੰਮਾਂ ਸ਼ੁਰੂ ਕਰ ਲਈ ਇੱਕ ਵਾਰ ਗੱਡੀ ਲਈ ਤੇ ਆ ਜੇ ਇਸ ਕਰਕੇ ਨਾ ਫਿਰ ਮੈਂ ਕਿਹਾ ਚਲੋ ਪਹਿਲਾਂ ਮੈਂ ਕਿਚਨ ਦਾ ਕੰਮ ਨਾਲ ਇਕੱਠਾ ਕਰ ਜਿਹੜਾ ਹੈਗਾ ਨਾਲ ਦੇ ਨਾਲ ਕਰੀ ਚੱਲਾਂ ਦੁੱਧ ਵਾਲਾ ਪਤੀਲਾ ਪਹਿਲਾਂ ਕਰੇ ਮੈਂ ਧੋ ਕੇ ਰੱਖਦਾ ਫੇ ਮਲਾਈ ਉਤਾਰਤੀ ਮਲਾਈ ਵੀ ਇਕੱਠੀ ਹੋਈ ਪਈ ਜਮਾਉਣ ਵਾਲੀ ਹੋਈ ਪਈ ਆ ਤੇ ਉਸ ਤੋਂ ਬਾਅਦ ਨਾ ਦੁੱਧ ਹੁਣ ਜੇ ਮੈਂ ਅਸੀਂ ਚਲੇ ਗਏ ਤਾਂ ਪਿੱਛੇ ਫਿਰ ਮੰਮੀ ਇਕੱਲੇ ਰਹਿੰਦੇ ਨੇ ਘੰਟੀ ਲੱਗਦਾ ਤੋ ਤ ਜਿਵੇਂ ਜਿਹੜਾ ਪੁਰਾਣਾ ਦੁੱਧ ਇਕੱਠਾ ਹੋਇਆ ਪਿਆ ਸੀ ਮੈਂ ਉਹਦੇ ਦਹੀਂ ਜਿਮਾਨਾ ਨਹੀਂ ਪਉਗੇ ਪੌਣੇ 5 ਦਾ ਟਾਈਮ ਸੀ ਹਜੇ ਮੈਂ ਕਿਹਾ ਚਲੋ ਜਦ ਤੱਕ ਰਾਤ ਨੂੰ ਸੌਵਾਂਗੇ ਉਹ ਤੱਕ ਦਹੀਂ ਜੰਮ ਜਾਣੀ ਆ ਤੇ ਮੈਂ ਫਿਰ ਦਹੀਂ ਜਮਾ ਲਈ ਸੀ ਦੁੱਧ ਕਾਫੀ ਇਕੱਠਾ ਹੋਇਆ ਪਿਆ ਸੈਂਨਾ ਵੀ ਮੈਂ ਕੀ ਕਰਨਾ ਫਿਰ ਮੰਮੀ ਨੂੰ ਦਹੀਂ ਵੀ ਨਹੀਂ ਜਮਾਈ ਕਿਉਂਕਿ ਫਿਰ ਹੈ ਵੀ ਨਹੀਂ ਕੋਈ ਦਹੀਂ ਖਾਣ ਵਾਲਾ ਫਿਰ ਮੈਂ ਗੜਬੀ ਭਰ ਕੇ ਮੈਂ ਦਹੀਂ ਦੀ ਜਮਾਤੀ ਨਹੀਂ ਚਲ ਦਹੀਂ ਕਿਹੜਾ ਖਰਾਬ ਹੋਉਂਦੀ ਆ 2 ਦਿਨ 3 ਦਿਨ ਆਰਾਮ ਨਾਲ ਖਾਦੀ ਜਾਂਦੀ ਆ ਉਸ ਪਰ ਮੈਂ ਸਬਜ਼ੀ ਬਣਾਉਣੀ ਸੀ ਪਿੰਡਿਆਂ ਦੇ ਪਿੰਡਿਆਂ ਦਾ ਮੰਮੀ ਕੱਟ ਰਹੇ ਸੀਗੇ ਪਿਆਜ਼ ਮੰਮੀ ਨੇ ਛਿੱਲਤੇ ਸੀ ਮੈਂ ਜਦ ਪਿਆਜ਼ ਫਿਰ ਮੈਂ ਕੱਟ ਲਾਨੀ ਆ ਇਹ ਕੱਟ ਕੇ ਰੱਖ ਦਾਂ ਨੇ ਜਦੋਂ ਬਣਾਉਣੀ ਹੋਈ ਟਾਈਮ ਹੋਊਗਾ ਬਣਾ ਲਵਾਂਗੇ ਇੱਕ ਵਾਰ ਕੱਟੀ ਪਈ ਹੋਵੇ ਚੀ ਜ ਫਿਰ ਆਪਣੋ ਟੈਂਸ਼ਨ ਨਹੀਂ ਰਹਿਣੀ ਵੀ ਕੱਟਣੀ ਪਈ ਐ ਫਿਰ ਫਾਡਾ ਫਾਡ ਕੜਾਹੀ ਤਰਕੇ ਆਪਾਂ ਬਣਾਉਣ ਲੱਗ ਜਾਈਦਾ ਸਬਜ਼ੀ ਕੱਟ ਕੇ ਰੱਖਤੀ ਪਿਆਜ਼ ਕੱਟਿਆ ਹੀ ਉਸ ਪਰ ਮੈਂ ਆ ਗਈ ਸੀ ਵਾਸ਼ਿੰਗ ਏਰੀਆ 'ਚ ਹਾਂ ਲੋ ਹਮ ਦੀ ਵਾਸ਼ਿੰਗ ਮਸ਼ੀਨ ਕੋਲੇ ਕੱਪੜੇ ਲੋਡ ਕਰ ਰਹੀ ਸੀ ਜਿਹੜੇ ਚਾਦਰਾਂ ਮੰਮੀ ਨੇ ਪਿੰਡੋਂ ਉਤਾਰੀਆਂ ਸੀ ਮੈਂ ਚੇਂਜ ਕਰਕੇ ਆਈ ਹੂ ਉਹ ਚਾਦਰਾਂ ਮੈਂ ਨਾਲ ਚੱਕ ਲਈ ਸੀ ਕਿਉਂਕਿ ਮੇਰੇ ਕੋਲ ਫੁੱਲੀ ਮਸ਼ੀਨਾਂ ਸੌਖੇ ਧੋਤੀਆਂ ਦਿਆਂ ਨੇ ਮੰਮੀ ਕੋਲ ਸੈਮੀ ਆ ਮੰਮੀ ਨੂੰ ਵੀ ਧੋਣੀ ਔਖੇ ਮੈਨੂੰ ਵੀ ਔਖੇ ਲੱਗਦੇ ਸੈਮੀ ਧੋਣੇ ਕਿਉਂਕਿ ਮੇਰੇ ਟੂਈ ਦੁਖਤਿਆ ਕੱਪੜੇ ਗਿੱਲੇ ਹੋਏ ਨੇ ਕਾਫੀ ਪਾਰੀ ਹੋ ਜਾਂਦੇ ਨੇ ਉਸ ਵਾਰ ਟੂਈ ਪਾਹਤ ਵਿੱਚ ਨਾ ਫਿਰ ਬਹੁਤ ਦੁਖਣ ਲੱਗ ਜਾਂਦੀ ਹੈ ਇਸ ਕਰਕੇ ਮੈਂ ਚਾਦਰ ਨਾਲ ਹੀ ਚੱਕ ਲਈ ਸੀ ਮੈਂ ਕਿਹਾ ਮੈਂ ਧੋ ਕੇ ਭੇਜ ਦੂੰਗੀ ਉਹ ਮੈਂ ਚਾਦਰਾਂ ਪਾ ਕੇ ਰੱਖ ਲਈ ਇਸ ਮਸ਼ੀਨ 'ਚ ਹੁਣ ਸਾਰੇ ਬੈੱਡ ਸ਼ੀਟਸ ਪੈ ਗਏ ਇੱਕ ਬੈੱਡ ਸ਼ੀਟ ਰਹਿ ਗਈ ਇਹ ਮੈਨੂੰ ਰੱਖ ਦੋ ਨਹੀਂ ਪਊਗੀ ਜਾਂ ਫਿਰ ਮੈਂ ਸੈਮੀ 'ਚ ਪਾਉਂਗੀ ਉਹ ਫਿਰ ਇਹ ਨਾ ਦੂਜੇ ਕੱਪੜੇ ਡੇਲੀ ਵਾਲੇ ਕੱਪੜੇ ਪਾ ਨਹੀਂ ਸਕਦੇ ਨਾ ਬੈੱਡ ਸ਼ੀਟ ਅਲ ਅਕੀਸਾਰੇ ਬੈਡ ਸ਼ੀਟਸ ਵੀ ਲੋ ਕਵਰਸਾਲੇ ਪੈਣਗੇ ਇਹ ਫਿਰ ਸੈਮੀ ਚ ਲੱਗ ਤਾ ਧੋ ਦੂੰਗੀ ਮਸ਼ੀਨ 'ਚ ਕੱਪੜੇ ਪਾਤੇ ਤੇ ਹਨਾ ਨਾ ਪੈਣ ਵਾਲੇ ਦਾ ਫੰਕਸ਼ਨ ਲਗਾ ਦੂੰਗੀ ਸਵੇਰੇ ਕਰਕੇ ਜਲਦੀ 4 ਵਜੇ ਮਸ਼ੀਨ ਚੱਲ ਪਏ ਸਵੇਰੇ ਮੈਂ ਹੁੱਠਾ ਕੱਪੜੇ ਧੋਤੇ ਪਰ ਹੁਣ ਚਾਦਰਾਂ ਧੋਤੇ ਪਰ ਹੁਣ ਤੇ ਮੈਂ ਕੱਢ ਕੇ ਸੁੱਕਣੇ ਪਾ ਦਾਂ ਫਿਰ ਉਸ ਤੋਂ ਬਾਅਦ ਮੈਂ ਆਪਣੇ ਡੇਲੀ ਰੁਟੀਨ ਵਾਲੇ ਕੱਪੜੇ ਜਿਹੜੇ ਹੁੰਦੇ ਨੇ ਹਨ ਉਹ ਪਾ ਦੂੰਗੀ ਫਿਰ ਉਹ ਧੋਤੇ ਆਣਗੇ ਇਸ ਲਈ ਮੈਂ ਸਾਮ ਨੂੰ ਟਾਈਮਰ ਲਾ ਦੂੰਗੀ ਰਾਤ ਨੂੰ ਆ ਕੇ ਇਹਦਾ ਸਹਾਲੇ ਮੈਂ ਸਬਜੀ ਬਣਾਉਣੀ ਥੋੜੇ ਮੇਰੇ ਕੋਲ ਟਾਈਮ ਸੀ ਹੁਣ ਫ੍ਰੀ ਆ ਮੈਂ ਤੁਹਾਨੂੰ ਬਿੱਲੇ ਬੈਠ ਕੇ ਕੀ ਕਰਾਂ ਜਿਹੜਾ ਕੰਮ ਮੈਂ ਵੇੜਦੀ ਉਹ ਹੀ ਵਧੀਆ ਫਿਰ ਕੱਲ ਟਾਈਮਰ ਲਾਉਣਾ ਰਹਿੰਦਾ ਮੈਂ ਰਾਤ ਨੂੰ ਆਵਾਂਗੀ ਉਸ ਤੋਂ ਬਾਅਦ ਸਬਜੀ ਦਾ ਟਾਈਮ ਹੋ ਗਿਆ ਇਸੇ ਮੈਂ ਲੱਗੀ ਸਬਜੀ ਬਣਾਉਣ ਪਿੰਡੀਆਂ ਦੀ ਸਬਜੀ ਕੋਈ ਪਿੰਡੀਆਂ ਕਹਿੰਦਾ ਕੋਈ ਭਿੰਡੀਆਂ ਕਹਿੰਦਾ ਮੈਨੂੰ ਤਾਂ ਇਹਦਾ ਪ੍ਰੋਪਰ ਨਹੀਂ ਪਤਾ ਪਿੰਡੀ ਕਹਿੰਦੇ ਨਸਤਾ ਪਿੰਡਾਸ ਤੇ ਪਿੰਡੀ ਕਹਿੰਦੇ ਆ ਠੀਕ ਪਹਿਲਾਂ ਮੈਂ ਕੱਲੇ ਪਿਆਜ਼ ਭੁੰਨੀ ਹੁੰਦੀ ਹੁਣੇ ਉਸ ਤੋਂ ਬਾਅਦ ਪਿੰਡੀ ਪਾਉਣੀ ਹੋਵੇ ਪਿਆਜ਼ ਭੁੰਨੇ ਜਾਂਦੇ ਨੇ ਫਿਰ ਮੈਂ ਜੇ ਆਪਣਾ ਨਵਾਂ ਡਰਾਅਰ ਖੋਲੇ ਨੇ ਕਟਲਰੀ ਡਰਾਅਰ ਜਿਵੇਂ ਖੁਰਚੇ ਨੇ ਕੱਢਾ ਸਬਜ਼ੀ ਬਣਾਉਣ ਲਈ ਮੈਨੂੰ ਇਹ ਕੰਦਾਂ ਲੱਗੇ ਮੈਨੂੰ ਆਏ ਲੱਗੇ ਥੋੜੀ ਸਫਾਈ ਕਰਨ ਵਾਲੀ ਹੈ ਦੀ ਮੈਂ ਕਿਹਾ ਚਲੋ ਮੈਂ ਨਾਲ-ਨਾਲ ਜਿਵੇਂ ਪਿਆਜ਼ ਪੁੰਨ ਰਹੀ ਨੇ ਹਣਾ ਖੁਰਚਣਾ ਮਾਰਨਾ ਕੋਲੇ ਤਾਂ ਖੜਨਾ ਹੀ ਪੈਣਾ ਤੇ ਵੀ ਆਹ ਕਿਉਂ ਨਾ ਸਫਾਈ ਕਰ ਦਨ ਨਾਲ ਨਾਲ ਮੈਂ ਹੀ ਕਰ ਜਾਂਦੀ ਆ ਫਿਰ ਮੈਂ ਸਮਝੀ ਵੀ ਰੱਖਤੀ ਸੀ ਬਣਨੀ ਸਬਜ਼ੀ ਵੀ ਦੇਖੀ ਜਾਂਦੀ ਸੀ ਤੇ ਮੈਂ ਚਲੋ ਇਹਦੀ ਵੀ ਸਫਾਈ ਕਰਦਾ ਆ ਦੇਖੋ ਮੈਨੂੰ ਥੋੜਾ ਥੋੜਾ ਦੇ ਵਿੱਚ ਨਾ ਕੁਝ ਜਿਵੇਂ ਕਈ ਵਾਰ ਆਪਣੇ ਆਟੇ ਉੱਟ ਵਾਲੇ ਹੱਥ ਹੁੰਦੇ ਨੇ ਕੁਝ गिर ਜਾਂਦੇ ਜਿਵੇਂ ਰੋਟੀ ਬਕਾਉਣ ਨੇ ਥੋੜ ਐਸੋ ਤਾਂ ਮੈਨੂੰ ਲੱਗ ਰਿਹਾ ਸੀ ਮੈਂ ਚਲ ਹੁਣ ਹੀ ਸਫਾਈ ਕਰ ਦਾਂ ਜੇ 2-4 ਦਿਨ ਲੰਘ ਗਏ ਤਾਂ ਬਹੁਤ ਜ਼ਿਆਦਾ ਗੰਦਾ ਹੋ ਜਾਣਾ ਫਿਰ ਇਹ ਹੱਤਾ ਹੀ ਥੋੜਾ ਹੀ ਆ ਫਿਰ ਮੈਂ ਸੋਚਿਆ ਚਲ ਖੜੀ-ਖੜੀ ਮਾਝਾ ਹੀ ਕਰ ਦਨੀ ਆ ਫਿਰ ਮੈਂ ਇਸ ਤਰ੍ਹਾਂ ਸੋਚਿਆ ਸੀ ਇੱਕ ਡਰਾਅਰ ਫਿਰ ਦੋ ਕਰਤੇ ਫਿਰ ਤਿੰਨ ਕਰਤੇ ਫਿਰ ਉਹੀ ਗੱਲ ਜਿਹਨੂੰ ਕਰਨ ਨਾਲ ਲੱਗ ਜਿਹਨਾਂ ਕੰਮ ਆ ਫਿਰ ਆਪਾਂ ਉਸੇ ਫਲੋ ਚ ਆਪਾਂ ਕੰਮ ਕਰਨ ਦਾ ਦਿਲ ਕਰਦਾ ਨਾ ਕਰੀਏ ਤਾਂ ਫਿਰ ਨਾ ਕਰੀਏ ਇਹ ਜੀ ਗੋਲ ਕਰ ਲਈਏ ਜੇ ਡਰਾਅਰ ਮੈਂ ਕਰਤਾ ਸਾਫ ਉਹਨਾਂ ਸਾਰੀਆਂ ਚੀਜ਼ਾਂ ਜਿਹੜੇ ਸਾਮਾਨ ਵਾਪਸ ਰੱਖ ਲੂੰਗੀ ਇਸ ਤਰ੍ਹਾਂ ਫੇਰ ਮੈਨੂੰ ਵੇਠੀ ਲੱਗ ਗਈ ਸਬਜ਼ੀ ਵੀ ਦੇਖੋ ਬਣ ਗਈ ਉਹ ਵੀ ਮੇਰੇ ਕੋਲ ਖੜਨਾ ਹੀ ਸੀਗਾ ਤੇ ਨਾਲ ਨਾਲ ਮੇਰੀ ਸਫਾਈ ਵੀ ਹੋ ਗਈ ਕਿਉਂਕਿ ਸੋਕੀ ਸਬਜ਼ੀ ਆਪਾਂ ਬਣਾਉਣੇ ਕੋਲ ਖੜ ਕੇ ਕੁਰਚਣਾ ਮਾਰਨਾ ਪੈਂਦਾ ਤੇ ਨਾਲ ਨਾਲ ਕੰਮ ਬਣ ਜੇ ਫਿਰ ਉਹਦੇ ਬਾਰੇ ਵੀ ਦੇਖੋ ਰੀਸ ਨਹੀਂ ਹੈਗੀ ਇੱਕ ਪੰਥ ਦੋ ਕਾਜ ਹੋ ਜਾਂਦੇ ਨੇ ਫਿਰ ਇਹ ਸਮਾਨ ਮੈਂ ਤਾਂ ਕਰਤਾ ਸੈਟ ਸਾਰਾ ਸਾਫ਼ ਹੋ ਗਿਆ ਵਧੀਆ ਫਿਰ ਚੰਗਣ ਲੱਗਣ ਲੱਗ ਜਾਂਦੇ ਨੇ ਜਦੋਂ ਆਪਾਂ ਕੋਈ ਵੀ ਚੀਜ਼ ਸਫਾਈ ਕਰਦਾਂ ਨੇ ਤੇ ਦੇਖੋ ਨਾਲ ਨਾਲ ਮੈਂ ਪਿਆਜ਼ ਪੁਨੀ ਜਾਂਦੀ ਸੀਗੀ ਇਸ ਕਰਕੇ ਅੱਜ ਮੈਂ ਡਬਲ ਕੰਮ ਸ਼ੁਰੂ ਕਰ ਲਿਆ ਤੇ ਇਹ ਪੂਰੇ ਵਧੀਆ ਲੱਗਿਆ ਮੈਂ ਚਲੋ ਕੋਲੇ ਤੇ ਖੜਨਾ ਹੀ ਹੈ ਗਰਮੀ ਤਾਂ ਮਰਾਂਗੇ ਹੀ ਹੁਣ ਕੋਈ ਕੰਮ ਤਾਂ ਕਰੀ ਫਿਰ ਮੈਂ ਆ ਕੇ ਸੋਚਿਆ ਕਿ ਅੱਡ ਰੋੜਾ ਕਰਦਾ ਸਾਫ਼ ਗੰਦਾ ਤਾਂ ਹੈ ਨਹੀਂ ਸੀ ਸਿਰਫ ਅੱਗੇ ਅੱਗੇ ਹੋ ਜੈ ਨਾ ਥੋੜਾ ਬਹੁਤ ਥੋੜਾ ਜਿਹਾ ਵੀ ਲੱਗਿਆ ਫਿਰ ਮੈਂ ਸਿਰਫ ਅਗਲਾ ਸਮਾਨ ਚੱਕੀ ਬਸ ਕੱਪੜਾ ਮਾਰਤਾ ਮੈਂ ਕਿ ਚਲੋ ਹੁਣ ਆਰਾਮ ਨਾਲ 10 ਤੋਂ 15 ਦਿਨ ਮੇਰੇ ਹੋਰ ਲੰਘ ਜਾਣਗੇ ਫਿਰ ਇੰਨੀ ਸਫਾਈ ਨਾਲੀ ਜੇ ਜ਼ਿਆਦਾ ਹੁੰਦੀ ਫਿਰ ਮੈਨੂੰ ਜ਼ਿਆਦਾ ਟਾਈਮ ਲੱਗਦਾ ਬਹੁਤ ਥੋੜਾ ਥੋੜਾ ਹੀ ਸੀਗਾ ਕੁਝ गिरਿਆ ਹੋਇਆ ਡਸਟ ਵੀ ਨਹੀਂ ਕੁਛ ਜਸਟ ਕੋਈ ਹਲਕਾ ਜਿਹਾ ਖਾਣ ਪੀਣ ਦਾ ਕੋਈ ਪਾਰਟਿਕਲਸ ਜੀ ਆਪਣੇ ਤੇ गिर ਜਾਂਦੇ ਨੇ ਕੋਈ ਚੀਜ਼ ਚੱਕਦੇ ਆ ਕੋਈ ਰੱਖਦੇ ਹਨ ਉਦੋਂ ਹੀ ਹੋ ਜਾਂਦਾ ਫਿਰ ਮੈਂ ਇੱਕ ਸੋਚ ਚੱਲ ਹੁਣ ਮੈਂ ਚਲ ਡਰਾਅ ਕਰਦਾ ਮੈਂ ਤਿੰਨੇ ਹੀ ਕਰਦਾ ਨਹੀਂ ਮੈਂ ਸ਼ੁਰੂ ਤਾਂ ਇੱਕ ਦੋ ਇੱਕ ਤਾਂ ਸੀ ਇੱਕ ਹੀ ਖਾਣਾ ਸੀ ਉੱਪਰਲਾ ਕਿਉਂਕਿ ਦੂਜੇ ਗੰਦੇ ਨਹੀਂ ਸੀਗੇ ਫਿਰ ਮੈਂ ਸੋਚਿਆ ਹੁਣ ਚਲ ਗੰਦੇ ਤਾਂ ਹੈ ਨਹੀਂ ਇੱਕ ਵਾਰ ਮੈਂ ਫਿਰ ਵੀ ਕਪੜਾ ਜਮਾਲੀ ਦਵਾਂ ਵੀ ਇਹ ਤਾਂ ਸੱਲੀ ਹੀ ਹੋ ਜੂਗੀ ਹਾਂ ਵੀ ਸਾਫ਼ ਕਰੇ ਹੋਏ ਨਹੀਂ ਫਿਰ ਜਿਸ ਦਿਨ ਦੁਬਾਰੇ ਕਰੇ ਫਿਰ ਇਕੱਠੇ ਕਰੂੰਗੀ ਸਾਰੇ ਉਹ ਇਹ ਵੀ ਹੋ ਗਿਆ ਹੁਣ ਸਾਫ ਤੇ ਫਿਰ ਨਾ ਇੱਕ ਪਿੱਛੇ ਆਵਲਾ ਟਰਾਸਿਕ ਗੰਦਾ ਨਹੀਂ ਸਜਸਟ ਅੱਗੇ ਅੱਗੇ ਥੋੜੀ ਜਿਹੀ ਲੱਗਦਾ ਸਾਨੂੰ ਵੀ ਜਿਵੇਂ ਡਸਟ ਜੀ ਆ ਜਾਂਦੀ ਹੁੰਦੀ ਮੈਨੂੰ ਐ ਲੱਗਿਆ ਕਿ ਅੱਗੇ ਜੀ ਮੈਂ ਕਿਹਾ ਚਲੋ ਇੱਥੇ ਵੀ ਮੈਂ ਕਪੜਾ ਮਾਰ ਦਾਨੀਆ ਜਿਵੇਂ ਵੇਖੋ ਦੇ ਫਲੋਰ ਮੈਟ ਦੇ ਪੀਸ ਕੱਟ ਕੇ ਵਿਛਾਏ ਹੋਏ ਨੇ ਨੀਚੇ ਤੇ ਬਹੁਤ ਹੀ ਜ਼ਿਆਦਾ ਇਹ ਫਿਰ ਸਫਾਈ ਕਰਨੀ ਸੌਖੀ ਰਹਿੰਦੀ ਐ ਇੰਨੇ ਚੱਕਣ ਦੇ ਲੋੜ ਨਹੀਂ ਹੈਗੀ ਫਿਰ ਇਹਨਾਂ ਨੂੰ ਉੱਪਰ ਹੀ ਕਪੜਾ ਵੱਜ ਜਾਦਾ ਮੈਂ ਇਕੱਠੇ ਹੁੰਦੇ ਨੇ ਕੋਈ ਵੀ ਚੀਜ਼ ਤੁਸੀਂ ਬਾਹਰੀ ਚੀਜ਼ ਜਿਵੇਂ ਮਰਜ਼ੀ ਖਿੱਚੀ ਚਲੋ ਇਹਨਾਂ ਤੇ ਤੇ ਇਕੱਠੇ ਵੀ ਨਹੀਂ ਹੁੰਦੇ ਹੈਗੇ। ਇਹ ਕਰਕੇ ਮੈਂ ਇਹਨਾਂ ਤੇ ਕਪੜਾ ਮਾਰਦਾ। ਤੇ ਐਨੇ ਨਾਲ ਮੈਨੂੰ ਆਇਆ ਲੱਗਾ ਵੀ ਮੈਂ ਤਾਂ ਵੀ ਮੇਰੀ ਘੱਟ ਲੱਗੀ ਆ ਤੇ ਸਫਾਈ ਵੀ ਹੋ ਗਈ। ਤੇ ਆਪਦੇ ਆਪ ਤੇ ਕੋਈ ਬੋਲ ਵੀ ਨਹੀਂ ਸਫਾਈ ਕਰਨ ਸਫਾਈ ਕਰਨ ਤੇ ਨਾਲ-ਨਾਲ ਮੇਰੀ ਸਬਜ਼ੀ ਵੀ ਬਣੀ ਗਈ। ਉਸ ਤੋਂ ਬਾਅਦ ਦੁੱਧ ਦਾ ਰਹਿ ਸੀਗਾ ਤਾਜ਼ਾ ਸ਼ਾਮ ਵਾਲਾ ਫਿਰ ਦੁੱਧ ਵੀ ਮੈਂ ਪੁੰਨਤਾ ਹੁਣ ਕੀ ਕਰਮ ਕਰਨਾ ਰੱਖ ਦੂੰਗੀ। ਰਸਤਾ ਫਿਰ ਸੋਈ ਚ ਕਿੰਨੇ ਕੰਮ ਹੋ ਜਾਂਦੇ ਨੇ ਨਾ ਫਿਰ ਜਦ ਆਪਾਂ ਖੜੇ ਹੁੰਦੇ ਆਂਗੇ। ਫਿਰ ਵਧੀਆ ਵੀ ਲੱਗਦਾ ਕੰਮ ਨਿਭੜ ਵੀ ਜਾਂਦੇ ਨੇ ਇਕੱਠੇ। ਤੇ ਸਬਜੀ ਦੇਖੋ ਬਣ ਗਈ। ਭਿੰਡੀ ਸਬਜੀ ਵਧੀਆ ਲੱਗਦੀ ਆ। ਗਰਮੀਆਂ ਵਿੱਚ ਕਦੇ-ਕਦੇ ਬਣਾਈਏ ਜੇ ਆਪਾਂ। ਕਾਫੀ ਜ਼ਿਆਦਾ ਸਬਜੀ ਹੋਵੇ ਫਿਰ ਵਧੀਆ ਵੀ ਨਹੀਂ ਬਣਦੀ ਤੇ ਚੰਗੀ ਵੀ ਨਹੀਂ ਲੰਘਦੀ। ਤੇ ਉਸ ਤੋਂ ਬਾਅਦ ਮੈਂ ਸੋਚਿਆ ਚਲੋ ਫ੍ਰਿਜ ਵੀ ਸਾਫ਼ ਕਰ ਲਵਾਂ। ਕਿਉਂਕਿ ਮੈਂ ਫ੍ਰਿਜ ਲਾ ਕੇ ਸਾਫ਼ ਕਰਨਾ ਹੈ। ਕੋਲ ਇਹ ਫ੍ਰਿਜ ਤੇ ਵੀ ਨਾ ਮਾਰਦਾ ਕਿਉਂਕਿ ਤਾਂ ਆਪਾਂ ਕਿੰਨੀ ਵਾਰ ਦਿਨ 'ਚ ਫ੍ਰਿਜ ਖੋਲਦੇ ਹਾਂ, ਉੱਥੇ ਲੱਗਦੇ ਨੇ ਗੰਦੇ ਆ ਨਾ ਕੋਈ ਛਿੱਟਾ ਪੈਂਦਾ। ਤੇ ਮੈਂ ਫ੍ਰਿਜ ਵੀ ਸਾਫ਼ ਕਰ ਦਵਾਂ। ਸਾਫ਼ ਕਰੀ ਦਵਾਂ। ਫ੍ਰਿਜ ਦੇ ਵਿੱਚ ਹੈਂਡਲ ਦਾ ਕਵਰ ਫਟਿਆ ਪਿਆ ਸੀਗਾ ਕਈ ਦਿਨਾਂ ਤੋਂ ਸੋਚ ਰਹੀ ਸੀ ਨਵਾਂ ਲੈਣਾ ਭੁੱਲ ਜਾਈਦਾ ਜਾਣੇ ਤਾਂ ਹੈਗਾ ਕਿ ਨਵਾਂ ਆਨਸਾ ਪਰ ਭੁੱਲ ਜਾਈਦਾ ਦਿਮਾਗ ਚ ਨੋਦੇ ਹੈਗੀ ਕੱਲਾ ਇੰਨੀ ਇੱਕ ਚੀਜ਼ਾਂ ਕਰਦੇ ਬੰਦਾ ਕਿੱਥੋਂ ਯਾਦ ਕਰੇ ਉਹ ਵੀ ਲੈਣਾ ਉਹ ਵੀ ਲੈਣਾ ਫਿਰ ਮੈਂ ਕੋ ਉਤਾਰਦਾ ਨਹੀਂ ਉਤਾਰ ਕੇ ਸੁੱਟੂਗੀ ਫਿਰ ਔਖੇ ਕਦੇ ਨਾ ਕਦੇ ਯਾਦ ਆ ਉਹ ਵੀ ਹਾਂ ਲੈ ਕੇ ਆਉਣਾ ਕਹਿੰਗੇ ਹੈਂਡਲ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਆਪਾਂ ਜੋ ਖੋਲਦੇ ਆ ਕਿਚਨ ਚ ਕੰਮ ਕਰਦੇ ਫ੍ਰਿਜ ਬਾਰਿ ਬਾਰੀ ਖੋਲਣਾ ਪੈਂਦਾ ਇਹ ਸਰਦਾ ਹੀ ਖੋਲਦੇ ਬਣਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਲਾਸਟ ਵੀਡੀਓ ਚ ਗਿਆ ਸੀ ਤੇ ਲਾਸਟ ਨੇ ਕਈ ਦੋ ਤਿੰਨ ਵੀਡੀਓਸ ਹੋ ਗਏ ਮੈਂ ਕਹਿੰਦਾ ਸੀ ਤੁਹਾਨੂੰ ਗਿਫਟ ਦਿਖਾਉਂਗੀ ਮੈਂ ਤਾਂ ਹੁਣ ਆ ਭੁੱਲ ਗਏ ਭੁੱਲ ਗਈ ਮੈਂ ਵੀ ਨਾ ਖੋਲ ਕੇ ਦੇਖਿਆ ਸੀਗਾ ਤੇ ਮੈਂ ਕਿਹਾ ਚਲੋ ਅੱਜਕ ਮੈਂ ਇਹਨੂੰ ਖੋਲ ਕੇ ਦੇਖ ਦਿੰਦਾ ਹਾਂ ਮੈਂ ਤੁਹਾਨੂੰ ਦਿਖਾ ਦਾਨੀ ਆ ਫਿਰ ਚਲੋ ਵੀਡੀਓ ਸ਼ੂਟ ਕਰ ਲਾਂਗੇ ਮੈਂ ਖੋਲੂਗੀ ਥੈ ਵੀ ਤੁਹਾਡੇ ਸਾਹਮਣੇ ਖੋਲਣਾ ਨੇ ਆ ਦੇਖੋ ਬਹੁਤ ਸੋਹਣੇ ਸਰਵਿੰਗ ਬਾਉਲਸ ਨੇ ਸੈਰਾਮਿਕ ਦੇ ਨੇ ਇਹ ਬਹੁਤ ਹੈਵੀ ਨੇ ਸੈਰਾਮਿਕ ਦੇ ਬਾਉਲਸ ਨੇ ਇਹ ਟਾਈਟ ਨੇ ਬਹੁਤ ਪਿਆਰਾ ਗਿਫਟ ਲੈ ਕੇ ਆਏ ਨੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੁਸੀਂ ਬਹੁਤ ਸੋਹਣਾ ਗਿਫਟ ਲੈ ਕੇ ਆਏ ਸਾਡੇ ਲਈ ਬਹੁਤ ਹੀ ਅੱਛਾ ਲੱਗਿਆ ਮੈਨੂੰ ਮੈਂ ਚਲੋ ਤੁਹਾਨੂੰ ਦਿਖਾਉਣੀ ਆ ਨਹੀਂ ਕਿਸੇ ਨੇ ਕਿਸੇ ਦਾ ਕਮੈਂਟ ਆਇਆ ਨਾ ਕਿ ਦੀਦੀ ਤੁਸੀਂ ਗਿਫਟ ਨਹੀਂ ਦਿਖਾਇਆ ਹੈਗਾ ਮੈਂ ਚਲੋ ਮੈਂ ਦਿਖਾ ਦਾਨੀ ਆ ਇਹ ਬਹੁਤ ਹੀ ਪਿਆਰਾ ਗਿਫਟ ਹੈ ਐਸੀ ਜੀ ਮਨਜ ਦਾ ਵੀਡੀਓ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚਾਹੀਦਾ ਮੈਨੂੰ ਸਬਸਕ੍ਰਾਈਬ ਕਰਨਾ ਮਿਲਾਂਗੀ ਹੋਰ ਨਵੇਂ ਵੀਡੀਓ ਨਾਲ ਤਾਂ ਸ਼ੁਕਰੀਆ